ਦੋਸਤੋ ਤੁਸੀਂ ਵੇਖ ਰਹੇ ਹੋ ਵਤਨ ਟੀਵੀ ਪ੍ਰੋਗਰਾਮ। ਉਮੀਦ ਹੈ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਪਸੰਦ ਕਰ ਰਹੇ ਹੋਵੋਗੇ ਤੇ ਹੁਣ ਸਮਾਂ ਹੁੰਦਾ ਹੈ ਸਾਡੇ ਸੈਗਮੈਂਟ ਵਤਨ ਡਾਇਰੀ ਦਾ। ਵਤਨ ਡਾਇਰੀ ਜਿਵੇਂ ਆਪ ਸਭ ਜਾਣਦੇ ਹੋ ਕਿ ਇਹ ਸਾਡੇ ਲੋਕਲ ਈਵੈਂਟਸ ਦਾ ਸੈਗਮੈਂਟ ਹੈ। ਪਿਛਲੇ ਦਿਨੀ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵਿੱਚ ਭਿਆਨਕ ਭੂਚਾਲ ਦੇ ਨਾਲ ਬਹੁਤ ਹੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਅਤੇ ਐਡਮਿੰਟਨ ਸ਼ਹਿਰ ਦੇ ਵਿੱਚ ਉਸ ਭੂਚਾਲ ਵਾਸਤੇ ਪਾਕਿਸਤਾਨ ਕੈਨੇਡਾ ਐਸੋਸੀਏਸ਼ਨ, ਪੰਜਾਬੀ ਕਲਚਰਲ ਐਸੋਸੀਏਸ਼ਨ, ਪੀਪਲਸ ਫਾਊਂਡੇਸ਼ਨ ਆਫ ਐਡਮਿੰਟਨ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਫੰਡ ਰੇਜ਼ ਕੀਤਾ ਗਿਆ। ਮਹਾਰਾਜਾ ਬੈਂਕਟ ਹਾਲ ਦੇ ਮਾਲਕ ਤਾਰਕ ਚੌਧਰੀ ਹੁਣਾਂ ਨੇ ਫ੍ਰੀ ਉਸ ਇਸ ਫੰਡ ਰੇਜ਼ਰ ਦੇ ਵਿੱਚ ਫੂਡ ਵਰਤਾਇਆ ਅਤੇ ਨਾਲ ਦੀ ਨਾਲ ਆਪਣੀ ਵੱਲੋਂ ਕੁਝ ਮਾਲੀ ਸਹਾਇਤਾ ਵੀ ਕੀਤੀ। ਇਸ ਵਾਸਤੇ ਅਸੀਂ ਤਾਰਕ ਚੌਧਰੀ ਸਾਹਿਬ ਦੇ ਧੰਨਵਾਦੀ ਹਾਂ। ਆਓ ਵੇਖਦੇ ਹਾਂ ਉਸ ਈਵੈਂਟ ਦੇ ਕੁਝ ਇੱਕ ਕਲਿਪਸ। ਐਂਡ ਦੀਸ ਆਰ ਏਰੀਆਜ਼ ਦੈਟ ਗੈਟ ਸਨੋ ਅਰਲੀ ਸਨੋਫਾਲ। ਦੇ ਵਰ ਰਿਪੋਰਟਸ ਐਸ ਰੀਸੈਂਟਲੀ ਐਸ ਅਬਾਊਟ 3 ਵੀਕਸ ਅਗੋ, ਅਬਾਊਟ ਅ ਵੀਕ ਬਿਫੋਰ ਦੀ ਅਰਥਕਵੇਕ, that a number of tourists out of country tourists who were visiting that area were stranded because of a landslide, and they on top of that when there was a heavy snowfall. While the rescue teams were trying to make an effort to reach out to those people, this unfortunate earthquake took place. ਦੋਸਤੋ ਪਿਛਲੇ ਦਿਨੀ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵਿੱਚ ਜ਼ਬਰਦਸਤ ਭੂਚਾਲ ਆਇਆ, ਉਹਦੇ ਨਾਲ ਕਾਫੀ ਮਾਲੀ ਅਤੇ ਜਾਨੀ ਨੁਕਸਾਨ ਹੋਇਆ। ਅਰਥਕਵੇਕ ਦੇ ਵਿਕਟਮਸ ਲਈ ਅੱਜ ਐਡਮਿੰਟਨ ਦੇ ਮਹਾਰਾਜਾ ਬੈਂਕਟ ਹਾਲ ਦੇ ਵਿੱਚ ਇੱਕ ਫੰਡ ਰੇਜ਼ਰ ਰੱਖਿਆ ਗਿਆ ਹੈ। ਸਾਡੇ ਦਰਮਿਆਨ ਨੇ ਐਕਸ ਐਮ ਐਲ ਏ ਸੁਹੇਲ ਕਾਦਰੀ ਹੁਣੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੁਹੇਲ ਬਾਈ, ਕਿਆ ਕਹਿਣਾ ਚਾਹਤੇ ਹੋ? ਪਹਿਲੇ ਤਾਂ ਮੈਂ ਆਪ ਸਭ ਵਤਨ ਟੀਵੀ ਕੇ ਸੁਣਨੇ ਵਾਲੋਂ ਕੋ ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਨਮਸਕਾਰ, ਕੇਮ ਛੋ, ਅਸਲਾਮ ਅਲੈਕੁਮ। ਐਸ ਯੂ ਨੋ ਕਿ ਯਹਾਂ ਪਰ ਜੋ ਹੈ ਫੰਡ ਰੇਜ਼ਿੰਗ ਇਵੈਂਟ ਹੋ ਰਹਾ ਹੈ, ਐਂਡ ਇਸ ਫੰਡ ਰੇਜ਼ਿੰਗ ਔਰਗਨਾਈਜ਼ਡ ਬਾਈ ਵੇਰੀਅਸ ਡਿਫਰੈਂਟ ਔਰਗਨਾਈਜ਼ੇਸ਼ਨ, ਮਰਕਜ਼ ਇਸਲਾਮ, ਕੋਇਨ, ਲੈਟਸ ਹੈਲਪ, ਐਂਡ ਮਹਾਰਾਜਾ ਬੈਂਕਟ ਹਾਲ ਤਾਰਿਕ ਚੌਧਰੀ। ਐਂਡ ਯੂ ਨੋ ਦ ਗੁੱਡ ਥਿੰਗ ਅਬਾਊਟ ਦੈਟ ਡੂਇੰਗ ਦਿਸ ਫੰਡ ਰੇਜ਼ਿੰਗ, ਆਈ ਨੋ ਇਜ਼ ਅ ਬਿਗ ਕੈਲਾਮਿਟੀ, ਵੀ ਹੈਵ ਟੂ ਹੈਲਪ ਈਚ ਅਦਰ, ਐਂਡ ਐਸ ਯੂ ਨੋ ਵੀ ਆਰ ਦ ਪਾਰਟ ਆਫ ਦ ਗਲੋਬਲ ਵਿਲੇਜ, ਐਂਡ ਦ ਮੋਸਟ ਇੰਪੋਰਟੈਂਟ ਥਿੰਗ ਵੈਨ ਐਵਰ ਯੂ ਡੂ ਇਵੈਂਟ, ਸਪੈਸ਼ਲੀ ਇਨ ਐਡਮਿੰਟਨ ਔਰ ਇਸ ਐਡਮਿੰਟਨ ਮਿਲਵੋਜ਼, ਐਂਡ ਯੂ ਫਾਈਨ ਦ ਵੇਰੀਅਸ ਕਮਿਊਨਿਟੀ, ਐਂਡ ਯੂ ਕੈਨ ਲੁੱਕ ਅਰਾਊਂਡ, ਯੂ ਕੈਨ ਸੀ ਐਵਰੀ ਪਾਰਟ ਆਫ ਦ ਕਮਿਊਨਿਟੀ ਹੂ ਆਰ ਹੇਅਰ ਟੂ ਕੰਟ੍ਰੀਬਿਊਟ ਟੂ ਹੈਲਪ the humanity, this noble cause, and I want to really congratulate all the organizer to bringing all the organization together for a very noble cause. ਅੱਜ ਕਈ ਜਥੇਬੰਦੀਆਂ ਨੇ ਇਕੱਠਿਆਂ ਹੋ ਕੇ ਪਾਕਿਸਤਾਨ ਜਿਹੜਾ ਭੂਚਾਲ ਆਇਆ ਉਹਦੇ ਬਾਰੇ ਫੰਡ ਰੇਜ਼ਿੰਗ ਕੀਤੀ ਆ, ਅਤੇ ਉਹਦੇ ਵਿੱਚੋਂ ਹੋਰ ਜਥੇਬੰਦੀਆਂ ਦੇ ਨਾਲ ਨਾਲ ਸਿੱਖ ਫੈਡਰੇਸ਼ਨ ਆਫ ਐਡਮਿੰਟਨ, ਜਿਹੜੀ ਕਿ ਹਮੇਸ਼ਾ ਹੀ ਇਹੋ ਜਿਹੇ ਕੰਮਾਂ 'ਚ ਅੱਗੇ ਰਹਿੰਦੇ ਆ, ਤਾਂ ਉਹਨਾਂ ਨੇ ਵੀ ਆਪਣਾ ਯੋਗਦਾਨ ਪਾਇਆ। ਆਓ ਉਹਨਾਂ ਦੇ ਪ੍ਰਧਾਨ ਬਲਦੇਵ ਧਾਲੀਵਾਲ ਨਾਲ ਗੱਲ ਕਰਦੇ ਹਾਂ। ਧਾਲੀਵਾਲ ਸਾਹਿਬ, ਸਵਾਗਤ ਹੈ ਤੁਹਾਡਾ। ਦੇਖੋ ਜੀ, ਇੱਕ ਬਹੁਤ ਦੁਖਦਾਈ ਸਮਾਂ ਜੋ ਆਪਣੇ ਪਾਕਿਸਤਾਨ ਦੇ ਵਿੱਚ ਭੂਚਾਲ ਆਇਆ, ਜਿਸ ਦੇ ਵਿੱਚ ਬਹੁਤ ਅਨਹੱਤੀਆਂ ਮੌਕਾਂ ਬੱਚੇ ਕੁਦਰਤ ਦੀ ਆਫਤ ਦੇ ਸ਼ਿਕਾਰ ਹੋਏ। ਸਿੱਖ ਫੈਡਰੇਸ਼ਨ ਇਸ ਦੁੱਖ ਦੇ ਟਮੇ 'ਤੇ ਮੋਢੇ ਨਾਲ ਮੋਢਾ ਜੋੜ ਕੇ ਵੱਧ ਤੋਂ ਵੱਧ ਹੈਲਪ ਕਰਨ ਲਈ ਤਿਆਰ ਹੈ। ਅਸੀਂ ਵਚਨਬੱਧ ਹਾਂ, ਇਹ ਇੱਕ ਕੁਦਰਤੀ ਆਫਤ ਹੈ। ਕੁਦਰਤੀ ਆਫਤ ਇਨਸਾਨੀ ਦੇ ਤੌਰ 'ਤੇ ਵੀ ਆਪਣਾ ਹਰ ਬੰਦੇ ਦਾ ਫਰਜ਼ ਬਣਦਾ ਹੈ। ਆਪਾਂ ਇਸ ਦੇ ਮੌਕੇ ਦੇ ਵਿੱਚ ਆਪਾਂ ਹਰ ਦਾ ਸਾਥ ਦੇਈਏ, ਇਨਸਾਨੀ ਦੇ ਤੌਰ 'ਤੇ ਮਾਇਕ ਸਹਾਇਤਾ ਜੋ ਵੀ ਆਪਾਂ ਕਰ ਸਕਦੇ ਕਰੀਏ। ਸਿੱਖ ਫੈਡਰੇਸ਼ਨ ਵੱਧ ਤੋਂ ਵੱਧ ਇਸ ਵਿੱਚ ਯੋਗਦਾਨ ਪਾਊਗੀ। ਨਾਓ ਵੀ ਹੈਵ ਅਮੰਗ ਅਸ ਕੈਰਨ ਲੋਬੋਵਿਚੀ। ਕੈਰਨ, ਵੀ ਹੈਵ ਆਰਗੇਨਾਈਜ਼ਡ ਹੇਅਰ ਅ ਫੰਡਰੇਜ਼ਰ ਫਾਰ ਦ ਅਰਥਕਵੇਕ ਵਿਕਟਿਮਸ। ਵਾਟ ਯੂ ਵਾਂਟ ਟੂ ਸੇ ਅਬਾਊਟ ਇਟ? Well, I want to say that I'm very proud of Edmonton and particularly Edmonton Millwoods for recognizing the importance of coming together and to take part in this fundraiser. When a calamity occurs around the world, we here are always come together to help and do our part. And so I'm very pleased to be part of this as well and to do my little bit to make it better elsewhere in the world. ਅੱਜ ਪਾਕਿਸਤਾਨ ਦੇ ਵਿੱਚ ਜਿਹੜਾ ਭੂਚਾਲ ਆਇਆ ਸੀ ਉਹਦੇ ਬਾਰੇ ਫੰਡ ਰੇਜ਼ਿੰਗ ਹੋ ਰਿਹਾ। ਪ੍ਰੈਸ ਕੌਂਸਲ ਆਫ ਐਡਮਿੰਟਨ ਵੱਲੋਂ ਸੰਜੇ ਪਟੇਲ ਜੀ ਸਾਡੇ ਨਾਲ ਹਾਜ਼ਰ ਨੇ। ਸੰਜੇ ਜੀ, ਕੀ ਕਹਿਣਾ ਚਾਹੋਗੇ ਅੱਜ ਦੇ ਇਸ ਮੌਕੇ 'ਤੇ? ਇਹ ਪਾਕਿਸਤਾਨ ਵਿੱਚ ਜੋ ਦੁਖਦ ਘਟਨਾ ਹੋਈ ਹੈ, ਅਰਥਕਵਿਕ ਆਇਆ ਹੈ, ਉਸਕੇ ਲਈ ਆ ਜੋ ਫੰਡ ਰੇਜ਼ਿੰਗ ਹੈ, ਤੋ ਹਮਾਰੀ ਤਰਫ ਸੇ ਐਡਮਿੰਟਨ ਪ੍ਰੈਸ ਕੌਂਸਲ ਕੀ ਤਰਫ ਸੇ ਕੁਛ ਹਮ ਉਨਕੋ ਡੋਨੇਟ ਕਰਨਾ ਚਾਹੇਂਗੇ, ਉਨਕੋ ਸਪੋਰਟ ਕਰਨਾ ਚਾਹੇਂਗੇ, ਉਨਕੇ ਜੋ ਦੁੱਖ ਦਰਦ ਹੈ ਵੋ ਬਾਟਨਾ ਬਾਟਨੇ ਕੀ ਕੋਸ਼ਿਸ਼ ਹਮ ਕਰੇਂਗੇ, ਤੋ ਇਹ ਹਮਾਰਾ ਪ੍ਰੈਸ ਕਾਉਂਸਲ ਕੀ ਤਰਫ ਸੇ ਸਪੋਰਟ ਹੈ ਉਨਕੇ ਲਈ। ਦੇਖੋ ਜੀ, ਜਦੋਂ ਆਫਤਾਂ ਆਉਂਦੀਆਂ ਨੇ ਦੁਨੀਆ ਦੇ ਵਿੱਚ, ਤਾਂ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਉਹ ਦਿਲ ਖੋਲ੍ਹ ਕੇ ਉਹਦੇ ਵਿੱਚ ਯੋਗਦਾਨ ਪਾਉਂਦੀਆਂ ਨੇ, ਅਤੇ ਇਹਦੇ ਵਿੱਚ ਲੈਟਸ ਹੈਲਪ ਸੁਸਾਇਟੀ ਆਫ ਐਲਬਰਟਾ ਦੇ ਨੁਮਾਇੰਦੇ ਸਾਡੇ ਨਾਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅਜ਼ੀਮ ਜੀ ਅਤੇ ਸਾਕਬ ਜੀ ਹੈ ਨੇ। ਅਜ਼ੀਮ ਜੀ, ਦੱਸੋ ਆਪਣੀ ਸੰਸਥਾ ਬਾਰੇ।
लैट सल सोसाइटी ऑफ अलबर्टा असी इनकॉर्पोरेट की 2013 दे विच। इस तो पहले असी बहुत सारा कम्यूनिटी वर्क किया, लेकिन साढ़े को क्योंकि चैरिटी स्टेटस नहीं सी हैगा, इस करके असी लोगों नू जाके अप्रोच नहीं सी कर सकते। लेकिन असी उस चीज़ नू मिटीगेट करने वास्ते असी बॉटल ड्राइव की काफ़ी दफ़ा, और जिनी भी सानू कलैक्शन हुई वह असी सैलाब जदगान वास्ते या जिहड़े जिथे भी अर्थक्वेक आया असी उत्थे उन्होंने डोनेट किया। देखो जदों भी जरूरत पैंदी आ भाईचारे दे विच इहो जिहियां मुश्किलां दे विच, हमेशा दोस्त मित्र जिहड़े आ, कम्यूनिटी लीडर जिहड़े आ, कम्यूनिटी वर्कर, वह हमेशा तैयार रहिंदे आ सहायता करन। ते खास करके तारक चौधरी साहब जिहड़े आ उह सारे भाईचारे वास्ते इन्ना वधिया काम करदे आ, ते उह जदों भी आवाज़ मारदे आ हुंगारा भरन वास्ते सारे पहुँचदे आ, ते साडे नाल पहुँचे आ गुरचरण गरचा साहब, आओ उन्हां नाल गलबात करते हैं। गरचा साहब अज दे बारे की कहना चाहोगे? सब तो पहले तो मैं धन्यवाद करना चाहना सारिया ऑर्गेनाइजेशन और महाराजा बैंकट हॉल का जी इन्हों की मैनेजमेंट कमेटी एग्जैक्टिव कमेटी जिन्ह ने अज का प्रोग्राम ऑर्गेनाइज किया आ, जो पाकिस्तान और अफगानिस्तान के कुदरती आफत जो भूचाल आया वो माली तो जानी नुकसान होया और अज उहदे वास्ते फंड रेज़ हो रहा, बड़ी वधिया और बड़ा शलाघाजोग कदम है उन्हां सारियां संस्थावां वालों, और अज बड़ा जो इकट्ठ नज़र आ रहा इहदे विच वड्डी खासियत की गल यह है कि तकरीबन सारिया कम्यूनिटीज़ जिहड़ियां इकट्ठियां हो के उहदे वास्ते अपना जो भी आ बणदा सरदा योगदान पा रही, वो एक बहुत वड्डी गल आ साडी कम्यूनिटी की। और मैं दोबारा फिर सारिया कम्यूनिटीज़ का और सारिया ऑर्गेनाइजेशन का महाराजा बैंकट हॉल तारक चौधरी उन्हां दा बहुत बहुत धन्यवाद करदा हाँ, और परमात्मा करे कदे भी दुनिया दे विच किसी खिते दे विच भी एहो जी कदे मुसीबत एहो जी कदे आफत ना आवे, लेकिन बहुत सारे चीज़ां परमात्मा दे हाथ विच हुंदियां आ, और बड़ी चंगी गल है कि उत्थे सानू एज ए ह्यूमन बीइंग एक दूजे का साथ देना चाहिए, और अज बड़ी खुशी हो रही है कि बहुत सारा भाईचारा सारिया कम्यूनिटीज़ रल के साथ दे रही आ। थैंक यू वेरी मच। तो असी बड़े शुक्रगुजार हैं पहले तो जिनी ऑर्गेनाइजेशन चार पाँच ऑर्गेनाइजेशन जिन्होंने मिल के ये ऑर्गेनाइज किया है, लेकिन वो नाल नाल कम अज कम 15-20 जड़िया ने ऑर्गेनाइजेशन पैना पाई जिन्हें साढ़े कट्ठे हुए ने जोड़े इस इवेंट नू स्पोंसर कर रहे हैं, तो असी उन्होंने बहुत बहुत शुक्रिया अदा करने। बड़ी एक ह्यूमैनिटेरियन कॉज है जिस विच सारे कट्ठे होकर सारे हिस्सा लै रहे हैं, और आई होप के दिस वुड बी अ सक्सैसफुल फंड रेजिंग। जड़े सारे जो लोग आए हैं उन्होंने बहुत बहुत शुक्रिया अदा करना चाहते हैं। आज इस मौके पर पंजाबी मीडिया एसोसीएशन ऑफ अलबर्टा के प्रधान डॉक्टर पीआर कालिया साढ़े न शामिल ने, आओ उन्होंने गलबात करते हैं। कालिया साहब अपने विचार आज बारे। हाँ जी, सारा इकट्ठ देख के बड़ी प्रसन्नता हो रही है कि सारी कम्युनिटियां के लोग इतने दिखाई दे रहे हैं, क्योंकि एक बहुत बड़ा ह्यूमन कॉज है, तो खासकर तारक चौधरी उन्होंने क्योंकि वो हर मौके पर हर अपनी कम्युनिटी के नाल मिल के चलते हैं, ये उदा ही नतीजा है कि सारी कम्युनिटियां इतने अज इकट्ठिया हुई हैं। एट दिस फंड रेजर वी हैव अमंग अस क्रिस्टीना ग्रे MLA फ्रॉम मेलवुड्स। क्रिस्टीना, व्हाट यू वांट टू से टू आवर ऑडियंस एट दिस इवेंट? I just want to say that it's a pleasure to be here on behalf of the Alberta government, and I think events like this where the community has come together to help are so powerful. It just means so much when it comes from the heart, as this organization and this event obviously does. So it's a pleasure to be here on behalf of the government, and I look forward to hearing more about what the community is doing and what's happening around this situation. ਪੰਜਾਬੀ ਮੀਡੀਆ ਐਸੋਸੀਏਸ਼ਨ ਆਫ ਅਲਬਰਟਾ ਦੇ ਜਨਰਲ ਸਕੱਤਰ ਗੁਰਪਿੰਦਰ ਸਿੰਘ ਸੰਧੂ ਸਾਡੇ ਨਾਲ ਹਾਜ਼ਰ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੰਧੂ ਸਾਹਿਬ ਹਾਂਜੀ, ਥੈਂਕ ਯੂ ਲੈਟ ਸਾਹਿਬ, ਜੋ ਅੱਜ ਪਾਕਿਸਤਾਨ ਭਾਈਚਾਰੇ ਵੱਲੋਂ ਇਹ ਜੋ ਉੱਥੇ ਭੂਚਾਲ ਦੇ ਪ੍ਰਭਾਵਿਤ ਲੋਕਾਂ ਵਾਸਤੇ ਫੰਡ ਰੇਜ਼ਿੰਗ ਕੀਤਾ ਜਾ ਰਿਹਾ ਬੜਾ ਸ਼ਲਾਘਾਯੋਗ ਆ। ਇਹਦੇ 'ਚ ਖਾਸ ਚੀਜ਼ ਲਾਟ ਸਾਹਿਬ ਇਹ ਹੈ ਕਿ ਸਾਰੇ ਹੀ ਧਰਮਾਂ ਦੇ ਲੋਕ ਆਏ ਨੇ, ਸਾਰੇ ਲੋਕ ਹੀ ਇਸ ਹਿਊਮਨਟੇਰੀਅਨ ਕਾਰਜ ਨੂੰ ਸਹਾਇਤਾ ਦੇ ਰਹੇ ਨੇ, ਅਸੀਂ ਵੀ ਆਪਣੇ ਵੱਲੋਂ ਇੱਥੇ ਆਪਣਾ ਯੋਗਦਾਨ ਪਾਉਣ ਆ ਰਹੇ ਹਾਂ, ਅਤੇ ਤੁਸੀਂ ਵੀ ਆਪਣੇ ਇਲਾਕੇ ਦੇ ਵਿੱਚ ਜਿੱਥੇ ਵੀ ਕਿਤੇ ਇਹੋ ਜਿਹਾ ਪ੍ਰੋਗਰਾਮ ਹੁੰਦਾ ਜ਼ਰੂਰ ਇਹਦੇ 'ਚ ਸਹਾਇਤਾ ਪਾਓ। ਅਸੀਂ ਵਤਨ ਟੀਵੀ ਦੇ ਬਹੁਤ ਧੰਨਵਾਦੀ ਹਾਂ ਜਿਹੜੇ ਇਸ ਜਿਹੇ ਪ੍ਰੋਗਰਾਮਾਂ ਨੂੰ ਅੱਗੇ ਲੈ ਕੇ ਆਉਂਦੇ ਹਾਂ। ਹੁਣ ਸਾਡੇ ਦਰਮਿਆਨ ਨੇ ਕਮਿਊਨਿਟੀ ਟਾਈਮਸ ਦੇ ਪਬਲਿਸ਼ਰ ਬਿਲਾਲ ਖਾਨ। ਹਾਂਜੀ ਖਾਨ ਭਾਈ, ਕੀ ਕਹਿਣਾ ਚਾਹਤੇ ਹੋ ਅੱਜ ਕੇ ਇਸ ਅਵਸਰ ਪਰ? ਸਭ ਅੱਛੀ ਬਾਤ ਇਹ ਹੈ ਕਿ ਖੁਸ਼ੀ ਕੇ ਮੌਕੋਂ ਪਰ ਤੋ ਹਮ ਸਭ ਸਾਥ ਹੋਤੇ ਹੈ, ਮਗਰ ਇਹ ਦੁੱਖ ਕਾ ਵਕਤ ਹੈ, ਇੱਕ ਮੁਸੀਬਤ ਆਈ ਹੈ, ਔਰ ਉਸ ਵਕਤ ਵੀ ਹਮ ਸਭ ਸਾਥ ਹੈ। ਇਹ ਦੇਖ ਕੇ ਬਹੁਤ ਖੁਸ਼ੀ ਹੋਈ ਹੈ
और एडमिंटन में जितनी एसोसिएशंस ने मिलकर ये प्रोग्राम ऑर्गेनाइज किया है वो सब मुबारकबाद के मुस्तहिक हैं और विश यू ऑल द बेस्ट और होपफुली ये फंड रेजिंग एक बहुत कामयाब फंड रेजिंग होगी जिससे जो भी लोग मुतासर हुए हैं इस जलजले में उनकी बेशक बहुत हेल्प होगी। पाकिस्तान कैनेडा एसोसीएशन दे नाल उन्होंने प्रधान तारक चौधरी साहब साढ़े नाल ने पिछले दिन ही जिहड़ा पाकिस्तान दे विच भूचाल आया सी उहदी मदद वास्ते फंड रेज किया गया प्रेस काउंसल ऑफ एडमिंटन के सहयोग नाल ते होर जथेबंदियों के सहयोग के नाल। आओ गलबात करते हैं तारक चौधरी साहब न जिहड़े कि प्रधान ने एसोसीएशन दे। मैं सब तो पहले तो वतन टीवी वालों ने बहुत थैंक यू करदा बहुत शुक्रगुजार हाँ कि इन्होंने एक सारा कुछ शुरू किया मेरे को आए कि अपन उत्थे नुकसान होया तो पैसे इकट्ठे करके उत्थे भेजिए सारा कोशिश जिहड़ी सी अपने वतन टीवी वालों ने सी प्रेस काउंसल ऑफ इंडिया पंजाबी कल्चर एसोसीएशन सिख फैडरेशन इंडिया काउंसल तो नाल लैट्स हैल्प वाले ने रल के किया तो सारे दोस्तों ने बहुत साथ दिता तो सानू बहुत $50,000 इकट्ठा होया जिहड़ा कि उत्थे लोगों की मदद लई भेज रहे हैं $50,000। हाँ जी बहुत वधिया गल है जी ते नाल साडे हाजर ने नरेश भारद्वाज जी आओ उन्हां नाल गलबात करदे हां। नरेश जी सब तो पहला तो जी मैं धन्यवाद कर देना चाहना प्रेस काउंसल ऑफ एडमिंटन और इन्हां दी सारी अदर जो एसोसीएशनस दा जिन्हां ने यह उपराला किया और तारक चौधरी हुणां दे नाल रल के पाकिस्तान कैनेडा एसोसीएशन दे जो प्रधान हन पिछले दिनी भी कदी भी दुनिया दे विच किते भी कोई मिसहैप होया चौधरी साहब ने पूरे जोर शोर दे नाल और एज अ कम्यूनिटी सारे ने इकट्ठे होके असी पूरी सहयोग दे के उन्होंने हैल्प की और इस साल भी जिदा चौधरी साहब ने कहा कि लगभग $50,000 के करीब इतने इकट्ठा होया और जिस दे नाल जो उत्थे नीडी हन जिन्हों अज के दिन के बहुत ही जरूरत है टेंटा की जरूरत है ब्लैंकट्स की जरूरत है होर जानू डे टू डे नसैसिटीज़ साड़िया है उन्होंने जरूरत है उन्होंने लिए ये मनी बहुत ही काम आएगी और साड़ी उम्मीद है कि जो इन्होंने इतने उपराला किया हर एक जिन्होंने जिन्या भी व्यक्तियों की असं उत्थे हेल्प कर सकते हैं उन्होंने वो हेल्प मिलेगी।